ਸਾਡਾ ਕਾਰਜਕ੍ਰਮ ਹੈ ਹੱਥ ਨਾਲ ਹੱਥ ਜੋੜ ਭਾਰਤ ਜੋੜੋ ਯਾਤਰਾ ਦੀ ਇਹ ਐਕਸਟੈਂਸ਼ਨ ਪ੍ਰੋਗਰਾਮ ਹੈ ਯਾਨੀ ਕਿ ਉਸੇ ਦੇ ਨਾਲ ਜੁੜਿਆ ਹੋਇਆ ਹੱਥ ਨਾਲ ਹੱਥ ਜੋੜੋ ਦਾ ਮਤਲਬ ਕਿ ਇਹ ਨਹੀਂ ਕੋਈ ਹੱਥ ਫੜ ਕੇ ਕਿਸੇ ਤਰ੍ਹਾਂ ਦਾ ਕਾਰਜਕ੍ਰਮ ਹੈ मेरे नाल भी आप सारे मिलजुल के आओ हम तकड़े होके देश नूं बचाउण दी लड़ाई इहदे विच राहुल गांधी जी द्वारा लिखी गई चिट्ठी नूं पंजाब भर दे पिंडां च कस्बियां च वार्डां च शहरां च हर घर तक पहुंचाउण दा असीं काम करना उहदे नाल इक चार शीट भाजपा वास्ते ले तैयार की गई है कांग्रेस पार्टी वालों कि जेडे उन्होंने लोगों नाल वादे किए जो देश नाल धोखा किया एक वो चार शीट असी डिलीवर करनी नाल ही एक कांग्रेस पार्टी का स्टिकर असी अगले दिन तख्ते ते ला के आना और नाल ही आम आदमी पार्टी दीआं जिहड़ीआं एक साल दीआं नाकामियां ने सरकार ने वड्डे वड्डे वादे किए ਉਹ ਵੀ ਘਰ ਘਰ ਪਹੁੰਚਾਉਣ ਦਾ ਜਿਹੜਾ ਕੰਮ ਹੈ ਉਹ ਕਾਂਗਰਸ ਪਾਰਟੀ ਨੇ ਕਰਨਾ ਜਿਹਦੇ ਵਿੱਚ ਮੈਂ ਬਾਜਵਾ ਸਾਹਿਬ ਤਮਾਮ ਵੱਡੇ ਲੀਡਰ ਇਸ ਕਾਰਜਕ੍ਰਮ ਦੇ ਵਿੱਚ ਸ਼ਮੂਲੀਅਤ ਕਰਾਂਗੇ ਤਮਾਮ ਲੀਡਰ ਸਾਹਿਬਾਨ ਜ਼ਿਲ੍ਹਿਆਂ ਦੇ ਕੋਆਰਡੀਨੇਟਰ ਵੀ ਹੋਣਗੇ ਵੱਡੇ ਸਾਬਕਾ ਮੰਤਰੀ MLA ਜਿਹੜੇ ਡੋਰ ਟੂ ਡੋਰ ਜਾ ਕੇ ਇਸ ਕਾਰਜਕ੍ਰਮ ਦੇ ਵਿੱਚ ਸ਼ਮੂਲੀਅਤ ਕਰਨਗੇ ਅਤੇ ਇਸ ਚਿੱਠੀ ਨੂੰ ਯਾਨੀ ਕਿ ਹੱਥ ਸੇ ਹੱਥ ਹੱਥ ਨਾਲ ਹੱਥ ਜੋੜੋ ਦੇ ਇਸ ਕਾਰਜਕ੍ਰਮ ਨੂੰ ਸਫਲ ਪੂਰਕ ਬਣਾਉਣ ਦਾ ਕੰਮ ਕਰਾਂਗੇ तो इस मतलब अज की यही मीटिंग सी बड़ी सफलपूर्वक मीटिंग गई 90% लोगों ने मीटिंग शमूलियत की ब्लॉक मैं लगता है कि जिस तरह बहुत भरमा हंगारा भारत जोड़ो यात्रा लोग कहते हम तो भारत जोड़ो यात्रा हुई पी है लोग विदेशों चले गए खाली हो गया पंजाब सो तुम देखा मीडिया के कैमरिया ते रहे असी लोग लेकिन जो सफलता भारत जोड़ो यात्रा नूं पंजाब दे लोगां ने मिली मैं समझदा कि मैं धन्नवादी हां पंजाबियों दा कि बहुत चंगे तरीके नाल उन्होंने राहुल गांधी सिंह साहब इक पासे तां तुसीं चलाया जाऊगा हां जी पंजाब चलाया किवें जाऊगा मतलब कि तेरे तो शुरू होएगी जां जिले दे ना जी हर जिले दे विच हर ब्लॉक दे विच अलग अलग हर कस्बे च हर विधानसभा दे हर ब्लॉक दे विच ਇਹਦੀ ਸ਼ੁਰੂਆਤ ਹੋਏਗੀ ਬਲਾਕ ਪ੍ਰਧਾਨ ਤੇ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਤੇ ਉੱਥੋਂ ਦੀ ਸਾਰੀ ਇਕਾਈ ਦੇ ਦੁਆਰਾ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਸਭਾ ਨੂੰ ਲੈ ਕੇ ਇਹਦੀ ਸ਼ੁਰੂਆਤ ਇੱਕ ਅਸੀਂ ਆਗਾਜ਼ ਹੋਏਗਾ ਆਉਣ ਵਾਲੇ 3-4 ਦਿਨਾਂ ਦੇ ਵਿੱਚ ਵਿੱਚ ਤੇ ਫਿਰ ਉਸ ਤੋਂ ਬਾਅਦ ਇਹ ਇੱਕ ਮਹੀਨੇ ਦੇ ਵਿੱਚ ਵਿੱਚ ਇਹ ਹੱਥ ਨਾਲ ਹੱਥ ਜੋੜੋ ਕਿਰਪਾ ਕਰਕੇ ਮੁੱਖ ਮੰਤਰੀ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਕਰਦੇ ਹੋ ਕਿ ਫੰਡਾਂ ਦਾ ਇਸਤੇਮਾਲ ਪੰਜਾਬ ਸਰਕਾਰ ਗਲਤ ਤਰੀਕੇ ਨਾਲ ਕਰ ਰਹੀ ਹੈ ਆਮ ਆਦਮੀ ਕੇਂਦਰ ਬਣਾ ਰਹੀ ਹੈ ਜਦਕਿ ਫੰਡ ਕੇਂਦਰ ਦੇਖੋ ਵੇਖੋ ਜੀ ਮੈਂ ਇਸ ਗੱਲ ਨਾਲ ਮੰਤਰੀ ਸਾਹਿਬਾਨ ਦੇ ਨਾਲ ਇਤਫਾਕ ਨਹੀਂ ਰੱਖਦਾ ਕਾਰਨ ਇਹ ਹੈ ਕਿ ਪੰਜਾਬ ਤੋਂ ਇੱਥੋਂ ਸਾਡਾ ਟੈਕਸ ਵਸੂਲ ਕੇ ਕੇਂਦਰ ਸਰਕਾਰ ਨੂੰ ਜਾਂਦਾ ਇਹ ਕੋਆਰਡੀਨੇਸ਼ਨ ਦੇ ਨਾਲ ਸਰਕਾਰਾਂ ਜਿਹੜੀਆਂ ਹੈ ਉਹ ਚੱਲਦੀਆਂ ਹਮੇਸ਼ਾ ਉੱਥੋਂ ਕੁਝ ਪੈਸਾ ਆਉਂਦਾ ਹੈ ਕੁਛ ਉੱਥੋਂ ਦੀਆਂ ਸਕੀਮਸ ਹੁੰਦੀਆਂ ਕੁਛ ਇੱਥੋਂ ਦੀਆਂ ਸਕੀਮਸ ਹੁੰਦੀਆਂ ਕੋਈ ਵਿਅਕਤੀ ਵਿਸ਼ੇਸ਼ ਇਹ ਕਵੇ ਵੀ ਇਹਦਾ ਸਾਡਾ ਪੈਸਾ ਹੈ ਪੁੱਛਣ ਵਾਲਾ ਹੋਵੇ ਵੀ ਭਾਈ ਤੂੰ ਕਈ ਮਾਰ ਕੇ ਲਿਆ ਤੇਰੇ ਘਰ ਦਾ ਪੈਸਾ ਇਹ ਸਾਰਾ ਜਨਤਾ ਦਾ ਪੈਸਾ ਕੇਂਦਰ ਸਰਕਾਰ ਕੋਲੇ ਵੱਖ ਵੱਖ ਸੂਬਿਆਂ ਤੋਂ ਜਨਤਕ ਪੈਸਾ ਸਟੇਟਾਂ ਦਾ ਜਾਂਦਾ ਹੈ ਫਿਰ ਉਹ ਜੋ ਦੇਸ਼ ਦੇ ਕਨਸਟੀਟਿਊਸ਼ਨ ਦੇ ਮੁਤਾਬਕ ਸੰਵਿਧਾਨ ਦੇ ਮੁਤਾਬਕ ਫਿਰ ਸਟੇਟਸ ਨੂੰ ਆਉਂਦਾ ਹੈ ਫਿਰ ਉਹਨੂੰ ਵੰਡਿਆ ਜਾਂਦਾ ਇਹ ਜਿੰਨੀਆਂ ਸਕੀਮਸ ਉਹ ਥੱਲੇ ਬਣਾਈਆਂ ਜਾਂਦੀਆਂ ਨਾ ਇਹ ਸਕੀਮਸ ਕੋਈ ਭਗਵੰਤ ਮਾਨ ਜੀ ਦੇ ਘਰੋਂ ਚੱਲ ਰਹੀਆਂ ਨਾ ਹੀ ਇਹ ਕਾਂਗਰਸ ਦੇ ਘਰੋਂ ਚੱਲ ਰਹੀਆਂ ਨਾ ਹੀ ਇਹ ਮੋਦੀ ਸਾਹਿਬ ਦੇ ਘਰੋਂ ਚੱਲ ਰਹੀਆਂ ਲੋਕਾਂ ਦਾ ਪੈਸਾ ਇਕੱਠਾ ਕੀਤਾ ਵਿਉਂਤ ਦੇ ਨਾਲ ਸਰਕਾਰਾਂ ਥੱਲੇ ਉਹਨੂੰ ਬਾਇਫਰਗੇਸ਼ਨ ਕਰਦੀਆਂ ਸੋ ਮੈਂ ਸਮਝਦਾ ਕਿ ਇਹ ਗੱਲ ਕਹਿਣੀ ਕਿ ਇਹ ਸਾਡਾ ਪੈਸਾ ਹੈ ਇਹ ਗੱਲ ਕੋਈ ਬਹੁਤੀ ਕੇਂਦਰੀ ਮੰਤਰੀ ਅਸੇ ਨਾਮ ਨੂੰ ਲੈ ਕੇ ਚੱਕਰ ਆ ਕੀ ਇਹਨੇ ਆਮ ਆਦਮੀ ਕਲੀਨਿਕ ਰੱਖਦੇ ਆ ਕਿ ਤੁਸੀਂ ਇਹ ਗੱਲ ਨਾਲ ਰੱਖ ਦੋਨੋਂ ਜਾਣੇ ਨਹੀਂ ਨਹੀਂ ਦੋਨੋਂ ਜਾਣੇ ਨਰਿੰਦਰ ਮੋਦੀ ਸਾਹਿਬ ਵੀ ਐਰਪੋਰਟ ਐਕਟ ਦੇ ਬਹੁਤ ਭੁੱਖੇ ਉਹਨਾਂ ਨੂੰ ਇਹ ਲੱਗਦਾ ਕਿ ਮੇਰਾ ਨਾਮ ਹੋਵੇ ਉਹਨਾਂ ਤਾਂ ਭਾਜਪਾ ਸਰਕਾਰ ਇਸ ਵਾਰ ਮੋਦੀ ਸਰਕਾਰ ਨਹੀਂ ਤਾਂ ਭਾਜਪਾ ਸਰਕਾਰ ਹੁੰਦਾ ਸੀ ਉਹਨਾਂ ਨੇ ਨਾਮ ਹੀ ਨਾਰੇ ਬਦਲਦਾ ਨਹੀਂ ਮੋਦੀ ਸਰਕਾਰ ਹੁਣ ਮਾਨ ਸਾਹਿਬ ਨੇ ਵੀ ਨਾਮ ਚੜਾ ਲਿਆ ਹਰ ਜਗ੍ਹਾ ਤੇ ਫੋਟੋ ਆਮ ਆਦਮੀ ਪਾਰਟੀ ਦਾ ਕਲੀਨਿਕ ਉਹ ਮੈਂ ਕਹਿ ਰਿਹਾ ਗਿੱਦੜ ਦੇ ਦਾ 50 ਕਰੋੜ ਰੁਪਏ ਦਾ ਸੁੱਤਾ ਤੁਸੀਂ ਫੇਲ ਕਰਤਾ
काया कल्प के तहत केंद्र सरकार ने 25 लाख रुपया अवार्ड किया। पहला हस्पताल सी पंजाब का नंबर वन आया गिदड़बेड़ा। ऑन रिकॉर्ड हुई इंस्पेक्शन होंगी है, उत्थों बंदे आते हैं, फिर देखते हैं डॉक्टर पूरे है, फिर मशीन पूरी है, टेस्ट पूरे होंगे है, सफाई पूरी है, बाथरूम इंफ्रा लैब पूरी है। सानू इनाम मिला सी मेरी सरकार दे विच, पर वो केंद्र सरकार इनाम दे सी। अज और ही तरसयोग हालत है हस्पताल की, उरी खबर लगी सी कल ट्रिब्यून महला क्लीनिंग नू तुसी 16 लाख रुपया ला के पुरानी बिल्डिंग नू रंग रोगन करके उत्थे एक प्राइवेट डॉक्टर बिठा के उन्हें चलाना चाहते हो, जिहड़े वड्डे हस्पताल ने उन्हां नू तुसी बंद करना चाहते। मैं तो उल्टा, मेरी एक स्कीम है घर घर हस्पताल खोलन की बजाय राजा बड़े बेनती करता सीएससी सेंटर जां वड्डा हस्पताल दे विच लोग संगरूर वाले संगरूर दे हस्पताल च आ सकदे, लेकिन शर्त यह है संगरूर हस्पताल फोर्टिज हस्पताल वर्गा जां वेदांता और मैक्स वर्गा होना चाहिए। एक बना लो सारा 16 लाख इत्थे, 16 लाख इत्थे इत्थे, ते एक हस्पताल नू जिथे साडे कोल इंफ्रा भी हैगा बिल्डिंग भी हैगा उहदे विच सारा कुछ कर दिओ। 30 किलोमीटर तो चल के बंदा इलाज करा लेगा, ना कि झुंड से खोलता इधर खोलता, तो उसनों चार छपेरे आ गए उसके फोटो भी ला लो, मैनू कोई एतराज नहीं, रंग ना कराओ चारे पासे आपकी फोटो लवा कि ये मेरा हस्पताल मैं बनाया, मैनू कोई एतराज नहीं। पर जिहड़ा गुरदा बदलन आ रहा है चंडीगढ़ ना जाना, जिहड़ा न्यूरो आ रहा है चंडीगढ़ ना जाना, संगरूर दे जिले च हल्कियां च अड अड क्लीनिक महला क्लीनिक खोले हैं। एक हल्के दे महला क्लीनिक का पैसा उस हल्के दे मेन हस्पताल ते लग जांदा, सरदार जी किते जाण दी लोड़ ही नहीं। मुस्से वाला साहब नूं किवें देखदा, उहदे मंत्री साहब दी स्टेटमेंट तुसीं सुणी हाल दी, उहनां कहा हुण तक इंसाफ नहीं मिलिया, वा चीफ ब्लैक टी उहनां दी गड्डी लग गई। बड़ी माड़ी गल आ, सरकार द्वारा हजे तक इंसाफ नहीं दित्ता गया। मैं समझदा कि सरकार कहिंदी असीं बड़ा कुछ करता, मुस्से वाला साहब दे पिता जी कहिंदे कि हजे सानूं इंसाफ नहीं मिलिया, क्योंकि जिहड़ा पुत गया होवे उहदे दिल च दर्द, जिहड़ा 28 साल का मुंडा चढ़ती अवस्था च दुनिया च नामी परनामी जा रहे ना, वह बड़ा दुख हो गया। फिर मारन वाले जेलों च बैठे, बड़ा दर्द होता है। और तसली करा, और सैटिस्फैक्शन करा, यह सरकार का काम है। सरकार को मलम लानी चाहिए, सरकार को उन्होंने को जाना चाहिए, सरकार को उन्होंने बहना चाहिए, सरकार को उन्होंने तवज्जो देनी चाहिए, ता जो कह बदलाव आ गया, ऐसा बदलाव आया दुनिया इस बदलाव नूं वेख वेख के आप दीआं अखां दे विच मुठियां लै लै के रोई जांदी। ਬ੍ਰਿੰਗ ਸਾਹਿਬ ਨਰੇਗਾ ਵਾਲੇ ਰੋਈ ਜਾਂਦੇ ਹੈ, ਕਾਮੇ ਗਰੀਬ ਰੋਈ ਜਾਂਦੇ ਹੈ, ਨੌਕਰੀਆਂ ਤੇ ਪੱਕੇ ਹੋਣ ਵਾਲੇ ਸੜਕਾਂ ਤੇ ਰੋਈ ਜਾਂਦੇ ਹੈ, ਕੋਈ ਜੇਲ੍ਹਾਂ ਚੋਂ ਛੁਡਾਉਣ ਵਾਸਤੇ ਲੋਕ ਸੜਕਾਂ ਤੇ ਰੋਈ ਜਾਂਦੇ ਹੈ, ਕੋਈ ਕਿਸਾਨ ਸੜਕਾਂ ਤੇ ਬੈਠਾ, ਕੋਈ ਫੈਕਟਰੀ ਦੇ ਬਾਹਰ ਬੈਠਾ ਹੈ, 108 ਐਂਬੂਲੈਂਸ ਵਾਲੇ ਬੈਠੇ, ਹੁਣ ਫਾਇਰ ਬ੍ਰਿਗੇਡ ਵਾਲੇ ਵੀ ਬਹਿ ਗਏ। ਹੁਣ ਮੈਂ ਕਿਹਦਾ ਕਿਹਦਾ ਨਾਂ ਗਿਣਾਂ, ਰੇਤਾ ਇੰਨਾ ਸਸਤਾ ਹੈ ਹਿਮਾਚਲ ਤੋਂ ਆ ਰਿਹਾ ਹੈ, राजस्थान तो आ रहे हैं, बजरी ऑन डिमांड नहीं मिल रही, सिफारिश लानी पैंदी है भी जिन्हें एमएलए लड़ाना होगा मुंडे नूं किसी ब्रिंग साहब एक पासे ले चिट्टा बच्चे बच्चे को पता है रेहड़िया बंदा भी अडानी कि बंदा होगा मोदी दा साहब दा की होया जनाब 20% का जो शेयर सी 100 दा बेच
अपने ही पैसे बाहर विदेशों से लै गए, फेक कंपनियां बना के उन्होंने अडानी की कंपनी का 20 रुपए का शेयर उस पैसे नाल 100 का खरीद लिया, बचते शेयर की खलबली बचा के थोड़े मेरे अगे ने 100 रुपये का खरीद लिया। उदाहरण है, 100 रेट वध सी, तुसी 100 दे चक्क दे जिहड़ी 20 दी सी सी, फिर वेखो यार 20 दी चीज़ नूं 100 दा बना के बैंक नूं देता। थोड़ी सदा दी जायदाद लैंदा बैंक, जे लख दा लोन करना तां 3 लख दी जायदाद लैंदा, किसे नूं जायदाद नहीं दिंदी। 20 रुपया दे शेयर ते 100 दा बना के बैंक SBI ते LIC ने लोन देता। ਅਜੇ ਕਹਿੰਦੇ ਹਿਡਨਬਰਗ ਦੀ ਹੋਰ ਕੀ ਭਾਲ ਦੇ, ਕਰਤਾਰ ਸਿੰਘ ਸੰਧਵਾ ਨੇ ਸ਼ੇਅਰ ਨਾ ਖਰੀਦੀ ਬੈਠਾ ਹੋਵੇ। ਮੈਂ ਤੁਹਾਨੂੰ ਪਤਾ ਸਪੋਕਸਮੈਨ ਵਾਲਿਆਂ ਤੇ ਵੀ ਰੇਡ ਪੈ ਗਈ ਸੀ ਜਦੋਂ ਕਿਤੇ ਰਾਹੁਲ ਗਾਂਧੀ ਨਾਲ ਭਾਰਤ ਜੋੜੋ ਯਾਤਰਾ ਚ ਬੀਬੀ ਹੋਈ ਸ਼ਾਮਿਲ ਹੋਈ, ਉਹ ਤਾਂ ਵੈਸੇ ਹੋਈ ਆਪਦੇ ਵੀ ਸਵਾਲ ਜਵਾਬ ਪੁੱਛਣ ਨੂੰ ਉਹਨਾਂ ਨੇ ਅਗਲੇ ਨੇ ਰੇਡ ਆ ਗਈ। ਪਤਾ ਹੈ ਤੁਸੀਂ BBC ਨੂੰ ਭਾਲਦੇ ਇੱਥੇ ਕਿਸੇ ਕਿਸੇ ਨੂੰ ਛੱਡ, ਇਹ ਤੁਹਾਡੇ ਗੱਲ ਚ ਤਾਂ ਸਾਫਾ ਪਾਇਆ ਗਿਆ, ਤੁਹਾਡੇ ਨੀ ਮਾਲਕਾਂ ਦੇ, ਇਹ ਤਾਂ ਜਿਹੜੇ ਛੋਟੇ 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 ਚਲਾ ਦਿੰਦੇ ਹੋ ਉੱਤੇ ਸਾਫਾ ਪਾਇਆ ਵੀ ਜਦੋਂ 3-5 ਕਰੋਗੇ ਉਦੋਂ ਹੀ ਮਰੋੜ ਦਿਆ। ਬ੍ਰਿੰਗ ਸਾਹਿਬ ਇੱਕ ਪਾਸੇ ਤੁਸੀਂ ਹੱਥ ਨਾਲ ਹੱਥ ਜੋੜੋ ਪ੍ਰੋਗਰਾਮ ਸ਼ੁਰੂ ਕੀਤਾ, ਭਾਰਤ ਜੋੜੋ ਕੀਤੀ ਹੈ, ਦੂਸਰੇ ਪਾਸੇ ਰੋਜ਼ ਤੁਹਾਡੇ ਕਾਂਗਰਸ ਦੇ ਅਹੁਦੇਦਾਰ ਕੱਲ ਵੀ 4 ਕੌਂਸਲਰ ਕਾਂਗਰਸ ਦੇ ਮੌਜੂਦਾ ਭਵਾਨੀਗੜ੍ਹ ਤੋਂ ਆਮ ਆਦਮੀ ਪਾਰਟੀ ਗੱਲ ਹੈ ਛੋਟੇ ਵੀਰ, ਹੱਥ ਨਾਲ ਹੱਥ ਜੋੜੋ। ਇਹ ਸਾਰੇ ਜਿਹੜੇ ਮੌਕਾ ਪ੍ਰਸਤ ਦੇ ਜਾਂਦੇ ਹੀ ਹੁੰਦੇ ਕੌਂਸਲਰ, ਕਿੱਥੇ ਜਾਣ ਵਿਚਾਰੇ, ਨਹੀਂ ਕਿਤੇ ਇਹ ਤਾਂ ਨਹੀਂ ਵੀ ਚੰਗੀ ਹਲਕਾ ਖਾਲੀ ਹੋਣ ਕਰਕੇ, ਕਿਉਂਕਿ ਸਾਬਕਾ ਮੰਤਰੀ ਵੀ 2 ਵਾਰੀ ਹਲੇ ਤੱਕ ਆਇਆ 11 ਮਹੀਨੇ। ਸਾਨੂੰ ਤਾਂ ਬੜਾ ਨਜ਼ਾਰਾ, ਜਿਹਨੇ ਛੱਡ ਕੇ ਜਾਣਾ ਹੈ ਸਾਨੂੰ ਕੋਈ ਇਤਰਾਜ਼ ਨਹੀਂ। ਸਿੰਗਲਾ ਸਾਹਿਬ 2 ਵਾਰੀ ਆਇਆ ਹਲੇ ਤੱਕ ਹਲਕੇ 'ਚ, ਜ਼ਰੂਰੀ ਨਹੀਂ ਵੀ ਜੇ ਕੋਈ 2 ਵਾਰੀ ਆ ਹੋਵੇ ਤਾਂ ਕਾਂਗਰਸ ਹੀ ਛੱਡ ਕੇ ਉੱਠ ਜਾਂਦਾ। ਰਾਹੁਲ ਗਾਂਧੀ ਜੇ ਪੰਜਾਬ 2 ਵਾਰੀ ਆਵੇ ਤੇਰਾ ਮਤਲਬ ਇਹ ਤਾਂ ਨਹੀਂ ਮੈਂ ਕਾਂਗਰਸ ਛੱਡ ਕੇ ਉੱਠ ਜਾ, ਜਿਹੜਾ ਕਾਂਗਰਸ ਹੀ ਉਹ ਕਾਂਗਰਸ ਹੀ ਰਹਿੰਦਾ, ਜਿਹਨੂੰ ਕੋਈ ਹੋਰ ਨਹੀਂ ਮਿਲਦਾ ਮੇਰੇ ਕੋਲ ਆ ਜਾਣ, ਆ ਪ੍ਰਧਾਨ ਬੈਠਾ ਇਹਦੇ ਕੋਲ ਚਲ ਜਾਣ, ਇਹ ਛੱਡਣ ਦੇ ਬਹਾਨੇ ਹੁੰਦੇ। ਬਿਲਕੁਲ ਜਿਸ ਵੀ ਕਾਂਗਰਸ ਪਰਿਵਾਰ ਦੇ ਵਿਅਕਤੀ ਨੂੰ ਲੋੜ ਹੈ, ਰਾਜਾ ਬੜੇ ਬਤੌਰ ਪ੍ਰਧਾਨ, ਚਾਹੇ ਉਹ ਮੇਰਾ ਸਰਪੰਚ ਹੋਵੇ ਚਾਹੇ ਮੈਂਬਰ ਪੰਚਾਇਤ ਹੋਵੇ, ਆਵੇ ਉਹ ਚੀਖ ਮਾਰੇ ਰਾਜਾ ਬੜੇ ਉੱਥੇ ਖੜਾ ਹੋਇਆ, ਤੇ ਜਦੋਂ ਮੈਂ ਖੜਾ ਹੁੰਦਾ ਮੇਰੇ ਨਾਲ ਦੇ ਸਾਰੀ ਟੀਮ ਥੱਲੜੀ ਖੜੀ ਹੋਈ। ਸਰ ਦਲਵੀਰ ਸਿੰਘ ਗੋਡੀ ਤੁਹਾਡੇ ਨਾਲ ਬੈਠੇ, ਪਹਿਲਾਂ ਸਰਕਾਰ ਰਹੀ ਹੈ, ਇਹਨਾਂ ਨੂੰ ਬਹੁਤ ਤੌਰ ਉੱਪਰ ਪਤਾ ਕਿ ਧੂਜ ਵਿੱਚ ਗੰਨਾ ਕਿਸਾਨ ਪਰੇਸ਼ਾਨ ਨੇ, ਅੱਜ ਫਿਰ ਕੱਲ ਤੋਂ ਹੋ ਮਤਲਬ ਕਿ ਐਸਡੀਪ ਦੇ ਘਰ ਦੇ ਉੱਪਰ ਮਤਲਬ ਧੂਰੀ ਦਾ ਗੰਨਾ ਕਿਸਾਨ, ਹਾਂ ਦਫ਼ਤਰ ਦੇ ਉੱਪਰ ਚੜ੍ਹ ਕੇ ਪ੍ਰੋਟੈਸਟ ਕਰ ਰਹੇ ਨੇ, ਪੈਸਾ ਖਤਰਾ ਥੋੜ੍ਹਾ ਥੋੜ੍ਹਾ ਜਿਹਾ ਤਾਂ ਪਰੇਸ਼ਾਨੀ ਬਣਦੀ ਵੀ ਹੈ, ਥੋੜ੍ਹੀ ਬਣਦੀ ਵੀ ਹੈ, 70,000 ਨਾਲ ਜਿੱਤਾ ਹੈ ਬਣਦੀ ਵੀ ਹੈ, ਬਦਲਾਵ ਹੈ, ਅਸੀਂ ਤਾਂ ਲੜਾਈ ਲੜਾਂਗੇ ਹੀ ਉਹਨਾਂ ਦੀ, ਅਸੀਂ ਨਹੀਂ ਪਿੱਛੇ ਹਟਦੇ, ਅਸੀਂ ਪਿੱਛੇ ਨਹੀਂ ਹਟਦੇ ਕਿਸਾਨ ਭਰਾਵਾਂ ਦੀ ਲੜਾਈ ਜੋ ਲੜਦੇ, ਪਰ ਇਹਨੇ ਕਿਹਾ ਪਤਾ ਜ਼ਰੂਰ ਲੱਗ ਗਿਆ ਤੁਸੀਂ ਇਹ ਕਹਿੰਦੇ ਹੋ ਕਿ ਕਿਸਾਨਾਂ ਨੇ ਇਦਾਂ ਹੋਣਾ ਚਾਹੀਦਾ ਸੀ, ਮੈਂ ਨਹੀਂ ਇਹ ਕਿਹਾ, ਤੁਸੀਂ ਕਹਿ ਰਹੇ ਹੋ PTC ਚਲਾ ਦੇ ਭਾਵੇਂ ਸੁਖਬੀਰ ਸਿੰਘ ਬਾਦਲ ਦੇ ਚੈਨਲ ਤੇ, ਪਰ ਮੈਂ ਨਹੀਂ ਇਹ ਕਿਹਾ ਕਿਸਾਨਾਂ ਦੀ ਜਿੰਦ ਜਾਣ ਹੈ, ਨਾ ਨਾ ਇਹ ਹੋਣਾ ਚਾਹੀਦਾ ਸੀ, ਮੈਂ ਕਿਹਾ ਕਿਸਾਨਾਂ ਨਾਲ ਅਸੀਂ ਖੜਾਂਗੇ ਹੋ ਕੇ, ਪਰ ਇਹਨਾਂ ਕਿਸਾਨਾਂ ਭਰਾਵਾਂ ਨੂੰ ਥੋੜਾ ਜਿਹਾ ਪਤਾ ਲੱਗਣਾ ਚਾਹੀਦਾ ਸੀ, ਇਹ ਬਦਲਾਵ ਦੇ ਭੁਲੇਖਾ ਖਾ ਬੈਠੇ। ਅਸੀਂ ਤਾਂ ਕਹਿੰਦੇ ਕਿ ਗੰਨਾ ਕਿਸਾਨ ਨੂੰ ਬਿਲਕੁਲ ਤੜਫਣ ਨਹੀਂ ਦੇਣਾ, ਉਹਦੀ ਲੜਾਈ ਦਲਵੀਰ ਸਿੰਘ ਗੋਲਡੀ ਤੇ ਰਾਜਾ ਸਿੰਘ ਲੜਨਗੇ, ਉਹਨਾਂ ਦੇ ਨਾਲ ਹੈ ਜਿੱਥੇ ਉਹ ਸਦਨਗੇ ਉੱਥੇ ਜਾਵਾਂਗੇ, ਪਰ ਉਹਨਾਂ ਨੂੰ ਜਿਹੜਾ ਭੁਲੇਖਾ ਸੀ ਉਹ ਨਿਕਲ ਗਿਆ ਵਿਚਾਰੇ। ਮੈਨੂੰ ਪੁੱਛਿਆ ਹੀ ਕਿਸੇ ਨੇ, ਤੁਸੀਂ ਪੁੱਛੇ, ਕਿਸਾਨਾਂ ਦੇ ਹੱਕ ਦੇ ਵਿੱਚ ਅਸੀਂ ਹਾਂ, ਜਿੱਥੇ ਕਿਸਾਨ ਭਰਾ ਖੜਨਗੇ, ਗੰਨਾ ਕਿਸਾਨ ਵਿਚਾਰੇ ਪਰੇਸ਼ਾਨ ਨੇ, ਸਰਕਾਰ ਨੂੰ ਚਾਹੀਦਾ ਕਿ ਜਲਦ ਤੋਂ ਜਲਦ ਉਹਨਾਂ ਗੰਨਾ ਕਿਸਾਨਾਂ ਦੀਆਂ ਮੁਸ਼ਕਲਾਂ ਸੁਲਝਾਉਣ, ਤੇ ਨਹੀਂ ਜਿੱਥੇ ਕਿਸਾਨ ਭਰਾ ਕਹਿਣਗੇ ਉੱਥੇ ਗੋਲਡੀ ਕਰਾ ਦੇਣਗੇ। ਬ੍ਰਿੰਗ ਸਾਹਿਬ 3 ਟੋਲ ਪਲਾਜ਼ਾ ਕੱਲ੍ਹ ਮੁੱਖ ਮੰਤਰੀ ਨੇ ਬੰਦ ਕਰ ਦਿੱਤੇ, ਹੋਰ ਮੁਬਾਰਕਾਂ ਭਗਵੰਤ ਸਿੰਘ ਮਾਨ ਜੀ ਨੂੰ, ਭਾਵੇਂ ਉਹਨਾਂ ਦੀ ਟਰਮ ਪੂਰੀ ਹੋ ਗਈ, ਪਰ ਚਲੋ ਕੋਈ ਨਹੀਂ, ਮੁੱਖ ਮੰਤਰੀ ਇਹਨਾਂ ਦੇ ਵਧਾਈਆਂ ਦੇ ਰਿਹਾ, ਉਹ ਟਰਮ ਪੂਰੀ ਹੋ ਗਈ ਸੀ ਕਿਉਂਕਿ ਪਰ ਨਹੀਂ ਬੰਦ, ਮੈਨੂੰ ਇਸ ਗੱਲ ਬਾਰੇ ਪਤਾ ਨਹੀਂ ਯਾਰ, ਇੱਕ ਤਾਂ ਮੇਰੀ ਬੇਨਤੀ ਹੈ ਤੁਸੀਂ ਵੀ ਅਚਨਚੇਤ ਨਾ ਸਵਾਲ, ਜਾਂ ਤਾਂ ਉਹਦਾ ਪ੍ਰੂਫ ਹੋਵੇ ਵੀ ਕੋਈ ਆਹ ਕਾਂਗਰਸ ਵੇਲੇ ਜਿਹੜਾ ਜਿਹੜਾ ਟੋਲ ਪਲਾਜ਼ਾ ਦੀ ਟਰਮ ਪੂਰੀ ਹੋਈ ਸੀ ਫਿਰ ਇਹ ਚੱਲੀ, ਐਵੇਂ ਅਗਲਾ ਕਹਿ ਦਿੰਦਾ ਜਿਹੜੀ ਮਰਜ਼ੀ ਗੱਲ ਕਰਦਾ, ਜਿਵੇਂ ਹਿਡਨ ਬਾਗ ਦੀ ਤੁਸੀਂ ਕਹਿੰਦੇ ਉਹ ਕਹਿ ਦਿੱਤੀ, ਉਹਨੂੰ ਕਹਿ ਯਾਰ ਕੋਈ ਚੀਜ਼ ਤਾਂ ਖਾ,
मैं कह दूंगा भी नहीं जी ये टर्म जी है इन्होंने टोल प्लाजा की 7 महीने पहला पूरी हुई सी ये गल बनती नहीं जे उन्होंने चंगा होया बधाइया पर जो इन्ने साल खून चूसिया टोल प्लाजा ने शुक्र है इन्हें लड़ाई लड़ी मुंडे ने और सामने मरदा परचे भी कराए सड़क भी बनाए पर मेरे कहने का मतलब चलो शुक्र है जे टर्म पूरी होगी मैं मान साहब मेरा कोई लोन नहीं टेकना मैं मान साहब बधाई दे दिना भी चंगा भाई तेरा बहुत धन्यवाद लड़ाई दलवीर सिंह गोल्ड ही लड़ते रहे पाचे हुए सब कुछ होया सी खुद देखे कोई गल नहीं क्रेडिट क्रूडिट आपे पता लग जाता समा आंदा कदे कदे झूठ बोल पाता उच्चा हो गए सिक्योरिटी नु किवें देंदे सीएम दी जड़े पत्नी है ओदी सिक्योरिटी मेनू कोई इतरा नहीं पावे 150 बंदा हो मेनू की इतरा पर मैं ये कहना कि हर व्यक्ति नु जिनु सिक्योरिटी मुहैया करवानी सरकार दा फर्ज बनता है चाहे वह करियाने वाला है चाहे वह नकोदर का मेरा भरा सी जिहड़ा माता कपड़े वाला व्यापारी चाहे वह पत्रकार है चाहे आम व्यक्ति है चाहे पॉलिटिशियन है कोई भी व्यक्ति जिन्हों सिक्योरिटी का खतरा है पूरी जान बचाउणी सरकार का काम है कि किसी का होर पुत या प्यो ते मां ना चले मैनू कोई इतराज नहीं मेरे नूं 100 होर दे दे मेरी भैन नूं ठीक मैनू की इतराज